ਤੁਸੀਂ ਚੱਕ ਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਕਾਂਗਰਸ ਨਾਲ ਜੁੜੀ ਹੋਈ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਇੱਕ ਵੱਡਾ ਇਲਜ਼ਾਮ ਟਿਕਟਾਂ ਵੇਚਣ ਨੂੰ ਲੈ ਕੇ ਲੱਗਾ ਹੈ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਕਿ ਰਾਜ ਸਭਾ ਮੈਂਬਰ ਨੇ ਕਾਂਗਰਸ ਦੇ ਉਹਨਾਂ ਵੱਲੋਂ ਇੱਕ ਵੱਡਾ ਇਲਜ਼ਾਮ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਹਰੀਸ਼ ਚੌਧਰੀ ਪੰਜਾਬ ਵਿੱਚ ਟਿਕਟਾਂ ਦੀ ਦੁਕਾਨ ਖੋਲ੍ਹ ਕੇ ਬੈਠੇ ਸੀਗੇ ਉਹਨਾਂ ਨੇ ਕਿਹਾ ਕਿ ਜਿਹੜੇ ਕਰੋੜਪਤੀ ਸੀ ਜਿਹੜੇ ਘਪਲੇਬਾਜ਼ ਸੀਗੇ ਘੋਟਾਲੇਬਾਜ਼ ਸੀਗੇ ਜਿਹੜੇ ਮਾਫੀਆ ਸੀਗੇ ਉਹਨਾਂ ਨੂੰ ਸਿਰਫ ਟਿਕਟਾਂ ਦਿੱਤੀਆਂ ਗਈਆਂ ਨੇ ਵੱਡਾ ਇਲਜ਼ਾਮ ਸ਼ਮਸ਼ੇਰ ਸਿੰਘ ਦੁੱਲੋ ਦੇ ਵੱਲੋਂ ਲਗਾਇਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਵੇਂ ਨਤੀਜੇ ਹਾਲੇ 10 ਤਰੀਕ ਨੂੰ ਆਉਣੇ ਹੈ ਪਰ ਕਾਂਗਰਸ ਅੰਦਰੋਂ ਬਾਗੀ ਸੁਰ ਲਗਾਤਾਰ ਜਾਰੀ ਨੇ ਕਦੇ ਰਵਨੀਤ ਬਿੱਟੂ ਵੱਡਾ ਦਾਅਵਾ ਠੋਕਦੇ ਨੇ ਕਿ 10 ਤਰੀਕ ਨੂੰ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਜਾਂ ਫਿਰ ਕਈ ਸੀਨੀਅਰ ਕਾਂਗਰਸੀਆਂ ਨੂੰ ਤਾੜਨਾ ਕਰਦੇ ਨੇ ਤਾਂ ਉੱਥੇ ਹੀ ਗੁਰਜੀਤ ਔਜਲਾ ਵੀ ਪਿੱਛੇ ਨਹੀਂ ਗੁਰਜੀਤ ਔਜਲਾ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਸਿੱਧੂ ਖਿਲਾਫ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਹਿ ਲਈਏ ਗੁਰਜੀਤ ਔਜਲਾ ਖੁੱਲ੍ਹ ਕੇ ਬੋਲਦੇ ਹੋਏ ਨਜ਼ਰ ਆਉਂਦੇ ਨੇ ਅਜਿਹੇ ਦੇ ਵਿੱਚ ਹੁਣ ਸ਼ਮਸ਼ੇਰ ਸਿੰਘ ਦੁੱਲੋ ਦਾ ਵੀ ਇਹ ਬਿਆਨ ਆਪਣੇ ਆਪ ਦੇ ਵਿੱਚ ਕਈ ਤਰੀਕੇ ਦੀਆਂ ਚਰਚਾਵਾਂ ਛੇੜ ਸਕਦਾ ਹੈ ਕਿ ਕਾਂਗਰਸ ਨੂੰ ਸਪਸ਼ਟ ਬਹੁਮਤ ਨਹੀਂ ਦਿਖਾਈ ਦੇ ਰਿਹਾ ਜਾਂ ਕਾਂਗਰਸ ਨੂੰ ਕਿਸੇ ਵੱਡਾ ਖਤਰਾ ਦਿਖਾਈ ਦੇ ਰਿਹਾ ਹੈ ਕਿ ਕਿਤੇ ਵੱਡਾ ਨੁਕਸਾਨ ਪਾਰਟੀ ਨੂੰ ਨਾ ਹੋ ਜਾਵੇ 10 ਤਰੀਕ ਨੂੰ ਉਸ ਨੂੰ ਡਿਫੈਂਡ ਕਰਨ ਵਾਸਤੇ ਹੁਣ ਤੋਂ ਹੀ ਗਰਾਊਂਡ ਬਣਾਉਣੀ ਤਿਆਰ ਕਰ ਦਿੱਤੀ ਹੈ ਕਈ ਲੀਡਰਾਂ ਨੇ ਉਸ ਦੇ ਵਿੱਚ ਗੁਰਜੀਤ ਔਜਲਾ ਦੀ ਜੇਕਰ ਗੱਲ ਕੀਤੀ ਜਾਵੇ ਜੇਕਰ ਗੱਲ ਰਵਨੀਤ ਬਿੱਟੂ ਦੀ ਕੀਤੀ ਜਾਵੇ ਤਾਂ ਹੁਣ ਸ਼ਮਸ਼ੇਰ ਦੁੱਲੋਂ ਵੀ ਉਸੇ ਲਾਈਨ ਵਿੱਚ ਖੜ੍ਹੇ ਹੋਏ ਨਜ਼ਰ ਆ ਰਹੇ ਨੇ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ।